ਸਤਿ ਸ਼੍ਰੀ ਅਕਾਲ ਥੋੜਾ ਸਾਡੇ ਚੈਨਲ ਤੇ ਸਵਾਗਤ ਹੈ। ਹੋਪ ਹੈ ਕਿ ਸਭ ਵਧੀਆ ਹੋਵੋਗੇ। ਅੱਜ ਫੇਰ ਇੱਕ ਨਿਊ ਆਈਡੀਆ ਨਿਊ ਪੈਟਰਨ ਲੈ ਕੇ ਹਾਜ਼ਰ ਹਾਂ। ਮੇਰੇ ਚੈਨਲ ਨਾਲ ਜੁੜੇ ਰਹੋ ਤੇ ਖੁਦ ਸੂਟ ਤਿਆਰ ਕਰੋ। ਚਲੋ ਫਿਰ ਦੇਖੀਏ ਸੂਟ ਸਾਟ। ਹਾਂਜੀ ਪੈਚ ਬਣਾਉਣ ਲਈ ਤੁਸੀਂ ਕੋਈ ਵੀ ਆਪਣੇ ਘਰ ਦਾ ਭਾਂਡਾ ਜਿੰਨਾ ਤੁਸੀਂ ਆਪਣਾ ਪੈਚ ਬਣਾਉਣਾ ਚਾਹੁੰਦੇ ਹੋ ਉਹਦੇ ਅਕੋਰਡਿੰਗ ਤੁਸੀਂ ਉਹ ਭਾਂਡਾ ਲੈ ਸਕਦੇ ਹੋ ਰਾਉਂਡ ਸ਼ੇਪ ਵਿੱਚ। ਐਦਾਂ ਸੀ ਇਹ ਲੈ ਕੇ ਇੱਕ ਲਾਈਨ ਲਾ ਲਈਏ ਤੇ ਹੁਣ ਇਹਦੇ ਸੈਂਟਰ ਪੁਆਇੰਟ ਤੁਸੀਂ ਦੇਖ ਲੈਣਾ ਜਿੱਥੇ ਸੈਂਟਰ ਹੈ ਸੈਂਟਰ ਨੂੰ ਦੇਖਦੇ ਹੋਏ ਤੁਸੀਂ ਐਵੇਂ ਦੋ ਲਾਈਨਸ ਲਾ ਲੈਣੀਆਂ ਨੇ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹਾਂਜੀ ਹੁਣ ਇਹ ਬਾਕਸ ਅਸੀਂ ਚਾਰ ਰੈਡੀ ਕਰ ਲਏ ਹੁਣ ਇਸ ਤੋਂ ਬਾਅਦ ਵੀ ਅਸੀਂ ਇਹਨਾਂ ਦਾ ਹਾਫ ਕਰ ਲਾਂਗੇ ਹਾਫ ਤੇ ਤੁਸੀਂ ਸਿਰਫ ਐਵੇਂ ਮਾਰਕ ਕਰ ਲੈਣਾ ਤੁਸੀਂ ਕੋਈ ਵੀ ਆਪਣਾ ਕੜਾ ਲੈ ਕੇ ਜਿੱਥੇ ਤੁਸੀਂ ਮਾਰਕ ਕਰੇ ਉਹਦੇ ਸੈਂਟਰ ਥੋੜਾ ਥੋੜਾ ਸਪੇਸ ਛੱਡਦੇ ਹੋਏ ਐਦਾਂ ਇੱਕ ਹਾਫ ਸਰਕਲ ਬਣਾ ਲੈਣੇ ਨੇ ਤੇ ਇਸ ਤੋਂ ਬਾਅਦ ਇਸ ਨੂੰ ਐਦਾਂ ਮਿਲਾ ਲੈਣਾ ਹੈ ਅਸੀਂ ਸਪੇਸ ਤਾਂ ਛੱਡੀ ਹੈ ਕਟਿੰਗ ਕਰਨ ਲਈ ਹਾਂਜੀ ਇਸ ਤੋਂ ਬਾਅਦ ਅਸੀਂ ਕਟਿੰਗ ਕਰ ਲਾਂਗੇ ਦੇਖੋ ਐਵੇਂ ਰਾਉਂਡ ਸ਼ੇਪ ਚ ਤੇ ਐਦਾਂ ਜਿੰਨੀ ਅਸੀਂ ਸਪੇਸ ਛੱਡੀ ਹੈ ਐਦਾਂ ਕਰਦੇ ਹੋਏ ਅਸੀਂ ਆਪਣਾ ਫਲਾਵਰ ਕੱਟ ਹੁਣ ਅਸੀਂ ਦੂਜਾ ਪੈਚ ਵੀ ਇਹਨੂੰ ਉੱਤੇ ਰੱਖਦੇ ਹੋਏ ਰੈਡੀ ਕਰ ਲਾਂਗੇ ਇਹ ਅਸੀਂ ਪੂਰਾ ਪੈਚ ਨਹੀਂ ਲੈਣਾ ਹਾਫ ਚ ਲੈ ਆਏ ਏਸੀ ਅੱਧਾ ਇੰਚ ਸਪੇਸ ਐਕਸਟਰਾ ਛੱਡੀ ਹੈ ਜੇ ਤੁਸੀਂ ਫੁੱਲ ਪੈਚ ਰੈਡੀ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਰੱਖ ਸਕਦੇ ਏਸੀ ਪੁਆਇੰਟ ਤਾਂ ਲਾਏ ਆ ਕਿ ਇੱਥੇ ਫਿਟਿੰਗ ਦੀ ਨਿਸ਼ਾਨ ਲਾਉਣੇ ਨੇ ਐਦਾਂ ਕਰਦੇ ਹੋਏ ਅਸੀਂ ਇਸ ਨੂੰ ਕੱਪੜੇ ਤੇ ਪੇਸਟ ਕਰ ਲਿਆ ਏ ਕੱਪੜੇ ਤੇ ਪੇਸਟ ਕਰਨ ਤੋਂ ਬਾਅਦ ਥੋੜਾ ਅੱਧਾ ਇੰਚ ਤੋਂ ਵੀ ਘੱਟ ਮਾਰਜਿਨ ਛੱਡਦੇ ਹੋਏ ਤੁਸੀਂ ਇਸ ਨੂੰ ਕਟਿੰਗ ਕਰ ਲੈਣਾ ਇਸ ਤੋਂ ਬਾਅਦ ਅਸੀਂ ਇਹਨੂੰ ਥੋੜਾ ਪ੍ਰੈਸ ਨਾਲ ਸੈੱਟ ਕਰ ਲਿਆ ਏ ਪ੍ਰੈਸ ਨਾਲ ਇਹ ਪ੍ਰੋਪਰ ਸੈੱਟ ਨਹੀਂ ਹੋਣਾ ਇਸ ਲਈ ਅਸੀਂ ਫੈ布ਰਿਕ ਗਲੂ ਦਾ ਯੂਜ਼ ਕਰਿਆ ਫੈ布ਰਿਕ ਗਲੂ ਲਾਉਂਦੇ ਹੋਏ ਤੁਸੀਂ ਐਦਾਂ ਇਹਨੂੰ ਫੋਲਡ ਕਰਦੇ ਹੋਏ ਪੇਸਟ ਕਰ ਲੈਣਾ ਹੈ ਹਾਂਜੀ ਐਦਾਂ ਹੀ ਅਸੀਂ ਆਪਣੇ ਦੋਨੋਂ ਫਲਾਵਰ ਐਵੇਂ ਪੇਸਟ ਕਰਦੇ ਹੋਏ ਰੀਡੀ ਕਰ ਲਈ ਨੇ ਇਸ ਤੋਂ ਬਾਅਦ ਅਸੀਂ ਮਾਰਕ ਕਰਾਂਗੇ ਕਿ ਜਿੱਥੇ ਅਸੀਂ ਪੈਚ ਯੂਜ਼ ਕਰਨਾ ਹੈ ਅਸੀਂ ਪੱਲੇ ਦੇ ਇੱਕ ਕੋਰਨਰ ਤੇ ਹੀ ਲਾਇਆ ਹੈ ਜਿੰਨਾ ਤੁਸੇ ਸਪੇਸ ਹੀਠਾ ਛੱਡਣਾ ਹੈ ਇਸ ਸਾਈਡਾਂ 'ਚ ਸਪੇਸ ਛੱਡਣਾ ਹੈ ਉਹਦਾ ਨਿਸ਼ਾਨ ਲਾਉਂਦੇ ਹੋਏ ਅਸੀਂ ਇਹਨੂੰ ਐਦਾਂ ਪੈਚ ਨੂੰ ਸੈੱਟ ਕਰਦੇ ਹੋਏ ਰੱਖ ਕੇ ਇੱਕ ਰਫਲੀ ਸਲਾਈ ਲਾ ਲਾਂਗੇ ਪਹਿਲਾਂ ਇਹ ਪੈਚ ਤੁਸੀਂ ਦੋਨੋਂ ਕਾਰਨਰਸ ਤੇ ਵੀ ਲਾ ਸਕਦੇ ਹੋ ਜਾਂ ਤੁਸੀਂ ਸੈਂਟਰ 'ਚ ਵੀ ਇਹਨੂੰ ਲਾ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਅਸੀਂ ਜਿੱਥੇ-ਜਿੱਥੇ ਅਸੀਂ ਪੈਚ ਰੀਡੀ ਕਰਿਆ ਹੈ ਨਾਲ ਦੇ ਧਾਗੇ ਨਾਲ ਇਸਨੂੰ ਸਟੀਚ ਕਰ ਲਾਂਗੇ ਐ ਦਾ ਪ੍ਰੋਪਰ ਸ਼ੇਪ ਨਾਲ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਡਿਜ਼ਾਈਨ ਤੁਹਾਨੂੰ ਕਿੱਦਾਂ ਲੱਗਦਾ ਏ ਐਦਾਂ ਅਸੀਂ ਸਲਾਈ ਲਾ ਲਈਏ ਪੂਰੀ ਫਿਨਿਸ਼ਿੰਗ ਦੇ ਨਾਲ ਇਹ ਸਾਡਾ ਰੇੜੇ ਇਸ ਤੋਂ ਬਾਅਦ ਜੋ ਅਸੀਂ ਜਿੱਥੇ ਤੁਹਾਡੀ ਹਿਪ ਹੁੰਦੀ ਹੈ ਉੱਥੇ ਅਸੀਂ ਇਹ ਦੂਜਾ ਪੈਚ ਲਾਇਆ ਏ ਐਦਾਂ ਕਰਦੇ ਜਿਹੜੀ ਫਿਟਿੰਗ ਦਾ ਨਿਸ਼ਾਨ ਹੈ ਅਸੀਂ ਉਹ ਮਾਰਕ ਕਰ ਲਏ ਐਵੇਂ ਰੱਖਦੇ ਹੋਏ ਅਸੀਂ ਐਕਸਟਰਾ ਰੱਖਿਆ ਸੀ 1/2 ਇੰਚ ਉਹ ਇੱਧਰ ਰੱਖਦੇ ਹੋਏ ਅਸੀਂ ਇੱਕ ਸਲਾਈ ਲਾਉਂਦੇ ਹੋਏ ਤੇ ਬਾਅਦ ਚ ਇਹਦੀ ਫਿਨਿਸ਼ਿੰਗ ਵਾਲੀ ਸਲਾਈ ਲਾਉਂਦੇ ਹੋਏ ਇਸ ਨੂੰ ਰੈਡੀ ਕਰ ਲਿਆ ਹੈ ਪੈਚ ਨੂੰ ਫਿਨਿਸ਼ਿੰਗ ਦੇਣ ਲਈ ਅਸੀਂ ਸਿਲਵਰ ਕਲਰ ਦਾ ਜੇਰੀ ਵਾਲਾ ਧਾਗਾ ਯੂਜ਼ ਕਰਿਆ ਹੈ ਐਦਾਂ ਕਰਦੇ ਹੋਏ ਅਸੀਂ ਇਸ ਦੀ ਆਊਟਲਾਈਨਿੰਗ ਬਣਾਵਾਂਗੇ ਇਹ ਹੈਂਡਵਰਕ ਬਹੁਤ ਈਜ਼ੀ ਹੈ ਹਾਂਜੀ ਐਦਾਂ ਤੁਸੀਂ ਧਾਗਾ ਲੈਂਦੇ ਹੋਏ ਇੱਥੋਂ ਇੱਕ ਟਾਂਕਾ ਭਰਦੇ ਹੋਏ ਐਵੇਂ ਰੱਖਦੇ ਘੁਮਾ ਕੇ ਬਸ ਇਹ ਥੋੜਾ ਐਵੇਂ ਦਾ ਕਰਦੇ ਹੋਏ ਇੱਕ ਰੈਡੀ ਹੋ ਜਾਣੀ ਹੈ ਜੋ ਅਸੀਂ ਤਿਆਰ ਕਰਨਾ ਹੈ ਆਊਟਲਾਈਨਿੰਗ ਲਈ ਐਦਾਂ ਹੀ ਤੁਸੀਂ ਅੱਗੇ ਸੂਈ ਨੂੰ ਕਰਦੇ ਹੋਏ ਫੇਰ ਧਾਗਾ ਘਮਾਉਣਾ ਹੈ ਤੇ ਐਦਾਂ ਆਪਣੀ ਲਾਈਨ ਜਾਂ ਆਊਟਲਾਈਨ ਤਿਆਰੀ ਕਰ ਲੈਣੀ ਹੈ ਕਿਉਂਕਿ ਤਾਂ ਇਹ ਹੈਂਡਵਰਕ ਕੇ ਬਹੁਤ ਜ਼ਿਆਦਾ ਈਜ਼ੀ ਜੇ ਤੁਸੀਂ ਫੇਰ ਵੀ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਆਪਣੇ ਪੈਚ ਨੂੰ ਫਿਨਿਸ਼ਿੰਗ ਦੇਣ ਲਈ ਡੋਰੀ ਦਾ ਯੂਜ਼ ਵੀ ਕਰ ਸਕਦੇ ਹੋ ਐਦਾ ਕਰਦੇ ਅਸੀਂ ਇਸ ਨੂੰ ਕੰਪਲੀਟ ਕਰ ਲਾਂਗੇ ਪੂਰੇ ਪੈਚ ਨੂੰ ਤੁਸੀਂ ਡਿਜ਼ਾਈਨ ਪ੍ਰਿੰਟਡ ਸੂਟ ਤੇ ਵੀ ਰੈਡੀ ਕਰ ਸਕਦੇ ਹੋ ਪਲੇਨ ਕਪੜੇ ਨਾਲ ਇਹ ਅਸੀਂ ਪਲੇਨ ਮਸਟਰਡ ਤੇ ਹੀ ਰੈਡੀ ਕਰਿਆ ਏ ਇਸ ਤੇ ਅਸੀਂ ਮਹਿੰਦੀ ਕਲਰ ਦਾ ਕਪੜਾ ਲੈ ਕੇ ਪੈਚ ਬਣਾਇਆ ਏ ਨੈਕਸਟ ਵੀਡੀਓ ਵਿੱਚ ਤੁਹਾਨੂੰ ਪਲਾਜ਼ੋ ਤੇ ਬਾਜੂ ਦਾ ਡਿਜ਼ਾਈਨ ਵੀ ਵੇਖਣ ਨੂੰ ਮਿਲੇਗਾ ਕਿ ਕਿਵੇਂ ਅਸੀਂ ਮਹਿੰਦੀ ਕਲਰ ਦਾ ਕਪੜਾ ਯੂਜ਼ ਕਰਦੇ ਹੋਏ ਹੋਰ ਡਿਜ਼ਾਈਨ ਰੈਡੀ ਕਰਿਆ ਏ ਹਾਂਜੀ ਐਦਾਂ ਹੀ ਸਾਡਾ ਪੈਚ ਰੈਡੀ ਹੈ ਇਸ ਤੋਂ ਬਾਅਦ ਅਸੀਂ ਇੱਕ ਜੋ ਸ਼ੀਸ਼ਾ ਹੁੰਦਾ ਹੈ ਪੱਤੀ ਹੁੰਦੀ ਹੈ ਉਹ ਇੱਥੇ ਸੈਂਟਰ ਚ ਲਾਈਏ ਪੇਸਟ ਕਰੀਏ ਇਹਨੂੰ ਤੁਸੀਂ ਐਦਾਂ ਹੀ ਜੋ ਆਪਣਾ ਧਾਗਾ ਹੈ ਇਹਦੇ ਨਾਲ ਵੀ ਤੁਸੀਂ ਇਹਨੂੰ ਲਾ ਸਕਦੇ ਹੋ ਇਸ ਦੇ ਉੱਤੇ ਅਸੀਂ ਇੱਕ ਸਟੋਨ ਲਾਇਆ ਹੈ ਵਧੀਆ ਲੁੱਕ ਦੇਣ ਲਈ ਹਾਂਜੀ ਪੈਚ ਸਾਡਾ ਰੈਡੀ ਹੈ ਇਸ ਤੋਂ ਬਾਅਦ ਅਸੀਂ ਆ ਪੈਚ ਬਣਾਇਆ ਤੇ ਕਮੀਜ਼ ਦੇ ਕੋਰਨਰ ਤੇ ਹੈ ਤੇ ਦੂਜਾ ਪੈਚ ਇਹ ਹਿਪ ਤੇ ਬਣਾਇਆ ਹੈ ਦੂਜੀ ਓਪੋਜ਼ਿਟ ਸਾਈਡ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ ਫॉर ਵਾਚਿੰਗ